ਕੀ ਹਾਲ ਚਾਲ ਨੇ ਜੀ ਸਾਰੇ ਵੀਰਾਂ ਦੇ ਭੈਣਾਂ ਦੇ। ਸੋ ਅੱਜ ਅਸੀਂ ਸਮਝਣ ਜਾ ਰਹੇ ਹਾਂ ਜੀ ਵੈਰਬ ਇਸਰੇ। ਸੋ ਸਭ ਤੋਂ ਪਹਿਲਾਂ ਅਸੀਂ ਇਹਦੀ ਡੈਫੀਨੇਸ਼ਨ ਸਮਝਾਂਗੇ, ਕਿਉਂਕਿ ਅਗਰ ਸਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਵੈਰਬ ਇਸਰਿਕ ਹੈ ਕੀ ਆ, ਇਹਦੀ ਵਰਤੋਂ ਕਿਸ ਤਰ੍ਹਾਂ ਹੋਣੀ ਆ, ਤਾਂ ਅਸੀਂ ਇਹਨੂੰ ਵਰਤ ਹੀ ਨਹੀਂ ਪਾਵਾਂਗੇ। ਸੋ ਸਭ ਤੋਂ ਪਹਿਲਾਂ ਇਹਦੀ ਡੈਫੀਨੇਸ਼ਨ ਸਮਝਦੇ ਹਾਂ। ਸੋ ਵੈਰਬੋ, ਵੈਰਬੋ ਕੀ ਆ? ਵੈਰਬੋ ਮਤਲਬ ਹੁੰਦਾ ਵਾ ਜੀ ਕਿਰਿਆ, ਜਿਹਨੂੰ ਤੁਸੀਂ ਪੰਜਾਬੀ ਵਿੱਚ ਕਿਰਿਆ ਕਹਿੰਦੇ ਹੋ। ਸੋ ਇੱਕ ਐਕਸ਼ਨ, ਵੈਰਬੋ ਵਰਬ ਇੱਕ ਐਕਸ਼ਨ ਆ। ਸੋ ਐਕਸ਼ਨ ਮੰਨ ਲਓ ਕੋਈ ਵੀ ਹੋ ਸਕਦਾ ਵਾ, ਪਰ ਕੋਈ ਚੀਜ਼ ਵਰਕਿੰਗ ਦੇ ਵਿੱਚ ਆ। ਤੇ ਇਸਰੇ ਕੀ ਆ? ਇਸਰੇ ਮਤਲਬ ਹੋਣਾ। ਸੋ ਇੱਕ ਸਿਰਫ ਤੁਹਾਨੂੰ ਹੋਣਾ ਦੱਸਦਾ ਤਾਂ ਤੁਹਾਨੂੰ ਪੂਰੀ ਚੀਜ਼ ਕਲੀਅਰ ਨਹੀਂ ਹੋਣੀ। ਇਸਰੇ ਦਾ ਮਤਲਬ ਆ ਕਿ ਜਦੋਂ ਕਹੋ ਕਿ ਜਦੋਂ ਕਿਸੇ ਚੀਜ਼ ਨੂੰ ਡਿਫਾਈਨ ਕਰਦੇ ਹੋ, ਆਪਣੇ ਆਪ ਨੂੰ ਡਿਫਾਈਨ ਕਰਦੇ ਹੋ, ਮਤਲਬ ਬਾਰੇ ਦੱਸਦੇ ਹੋ, ਕਿਸੇ ਸੈਕਿੰਡ ਪਰਸਨ ਬਾਰੇ ਦੱਸਦੇ ਹੋ, ਕਿਸੇ ਹੋਰ ਬਾਰੇ ਦੱਸਦੇ ਹੋ। ਜਿਵੇਂ ਮੈਂ ਆਪਣੇ ਬਾਰੇ ਦੱਸ ਰਿਹਾ ਵਾਂ, ਮੈਂ ਸੰਨੀ ਹਾਂ, ਮੈਂ ਇੰਡੀਅਨ ਹਾਂ, ਮੈਂ ਸਟੂਡੈਂਟ ਹਾਂ, ਮੈਂ ਟੀਚਰ ਹਾਂ, ਮੈਂ ਪਤਲਾ ਹਾਂ, ਮੈਂ ਮੋਟਾ ਹਾਂ, ਮੈਂ ਗੋਰਾ ਹਾਂ, ਮੈਂ ਸੋਹਣਾ ਹਾਂ, ਮੈਂ ਭੈੜਾ ਹਾਂ, ਕੁਛ ਵੀ ਆ, ਇਹਦੇ ਵਿੱਚ ਮੈਂ ਆਪਣੇ ਆਪ ਨੂੰ ਡਿਫਾਈਨ ਕਰਦਾ ਪਿਆ ਵਾਂ। ਅਤੇ ਜਦੋਂ ਮੈਂ ਆਪਣੇ ਆਪ ਨੂੰ ਡਿਫਾਈਨ ਕਰਦਾ ਪਿਆ, ਆਪਣੇ ਆਪ ਨੂੰ ਦੱਸਣ ਬਾਰੇ ਕੀ ਚੀਜ਼ ਦੀ ਵਰਤੋਂ ਹੋਊਗੀ? ਵੈਰਬ ਇਸਰੇ। ਸੋ ਮੈਂ ਹਾਂ, ਅੱਗੇ ਇੱਕ ਕੀ ਕੀਤਾ ਆਪਾਂ? ਅੱਗੇ ਇੱਕ ਨਾਮ ਦੀ ਵਰਤੋਂ ਕੀਤੀ ਅਤੇ ਸਾਡਾ ਸੈਂਟੈਂਸ ਕੰਪਲੀਟ ਹੋਇਆ। ਸੋ ਸਭ ਤੋਂ ਪਹਿਲਾਂ ਇਹਦੀ ਵਰਤੋਂ ਈਓ ਦੇ ਨਾਲ ਹੀ ਕਰਾਂਗੇ। ਅਤੇ ਜਦੋਂ ਇਹਦੀ ਈਓ ਦੇ ਨਾਲ ਵਰਤੋਂ ਕਰਦੇ ਹਾਂ, ਅਤੇ ਈਓ ਦੇ ਨਾਲ ਈਓ ਸੋਣੋ, ਈਓ ਸੋਣੋ ਦਾ ਮਤਲਬ ਆ ਜੀ ਮੈਂ ਹਾਂ। ਹੁਣ ਤੁਸੀਂ ਇੱਕ ਚੀਜ਼ ਸੋਚੋ ਕਿ ਜਦੋਂ ਮੈਂ ਕਿਹਾ ਵਾ ਕਿ ਮੈਂ ਹਾਂ, ਅੱਗੇ ਮੈਂ ਕੀ ਕਰਦਾ ਵਾਂ? ਅੱਗੇ ਮੈਂ ਸਿਰਫ ਇੱਕ ਨਾਮ ਦੀ ਵਰਤੋਂ ਕਰਦਾ ਵਾਂ, ਅੱਗੇ ਇੱਕ ਨਾਮ ਦੀ ਵਰਤੋਂ ਕਰਦਾ ਵਾਂ, ਅਤੇ ਮੇਰਾ ਜਿਹੜਾ ਸੈਂਟੈਂਸ ਆ ਉਹ ਸੈਂਟੈਂਸ ਕੰਪਲੀਟ ਹੁੰਦਾ ਵਾ। ਹੁਣ ਇਹਦੇ ਵਿੱਚ ਆ ਕਿ ਈਓ ਸੋਹਣੋ ਮੈਂ ਹਾਂ, ਈਓ ਸੋਹਣੋ ਸਾਨੀ ਮੈਂ ਸਾਨੀ ਹਾਂ, ਈਓ ਸੋਹਣੋ ਇੰਡੀਆਨੋ ਮੈਂ ਇੰਡੀਅਨ ਹਾਂ, ਈਓ ਸੋਹਣੋ ਉਨ ਮੈਕਾਨਿਕੋ ਕਿ ਮੈਂ ਇੱਕ ਮਕੈਨਿਕ ਹਾਂ, ਈਓ ਸੋਹਣੋ ਬਰਾਵੋ ਮੈਂ ਚੰਗਾ ਹਾਂ। ਸੋ ਇਹਦੇ ਵਿੱਚ ਸਮਝਣ ਵਾਲੀ ਕੀ ਗੱਲ ਆ? ਸਮਝਣ ਵਾਲੀ ਗੱਲ ਇਹ ਆ ਕਿ ਮੈਂ ਕਿਉਂ ਇਹ ਸੈਂਟੈਂਸ ਇਸ ਤਰ੍ਹਾਂ ਲਿਖਿਆ ਤੁਹਾਨੂੰ ਸਮਝਾਉਣ ਦੇ ਲਈ, ਕਿ ਜੋ ਤੁਹਾਨੂੰ ਬਹੁਤ ਹੀ ਸੌਖਾ ਲੱਗੇ ਕਿ ਵੈਰਬ ਇਸਰੇ ਨੂੰ ਸਮਝਣਾ, ਜੋ ਬਹੁਤ ਹੀ ਸੌਖਾ ਲੱਗੇ। ਹੁਣ ਜਿਵੇਂ ਕਿ ਮੈਂ ਇਹਨਾਂ ਦੇ ਵਿੱਚ ਈਓ ਸੋਹਣੋ ਦੀ ਵਰਤੋਂ ਕੀਤੀ ਆ, ਈਓ ਸੋਹਣੋ ਦੀ ਵਰਤੋਂ ਕੀਤੀ ਆ, ਹੁਣ ਮੈਂ ਈਓ ਸੋਹਣੋ ਹਟਾ ਕੇ ਇਹਦੇ ਦੇ ਵਰਤੋਂ ਕਰਨੀ ਆ ਜੀ ਤੂੰ ਸਹੀ ਦੀ। ਸੋ ਤੁਹਾਨੂੰ ਇਹ ਦੱਸਣ ਦੇ ਲਈ ਕਿ ਦੇਖੋ ਵਰਬ ਚੇਂਜ ਹੁੰਦੀ ਆ। ਸੋ ਵਰਬ ਤੋਂ ਪਤਾ ਲੱਗਦਾ ਵਾ, ਜਦੋਂ ਵਰਬ ਚੇਂਜ ਹੁੰਦੀ ਆ, ਕਿ ਆਪਾਂ ਗੱਲ ਕਿਸ ਬਾਰੇ ਕਰਦੇ ਪਏ ਹਾਂ। ਹੁਣ ਜਦੋਂ ਮੈਂ ਲਾਇਆ ਈਓ ਸੋਹਣੋ, ਮੰਨ ਲਓ ਕਿ ਮੈਂ ਇੱਥੇ ਈਓ ਦੀ ਵਰਤੋਂ ਵੀ ਨਹੀਂ ਕੀਤੀ, ਮੈਂ ਸਿਰਫ ਸੋਹਣੋ ਦੀ ਵਰਤੋਂ ਕਰ ਰਿਹਾ ਵਾਂ, ਤਾਂ ਸੋਹਣੋ ਤੋਂ ਪਤਾ ਲੱਗ ਲਿਆ ਵੈਰਬ ਇਸਰੇ 'ਤੇ ਕਿ ਮੈਂ ਸਿਰਫ ਆਪਣੇ ਬਾਰੇ ਗੱਲ ਕਰ ਰਿਹਾ ਵਾਂ। ਹੁਣ ਜਦੋਂ ਮੈਂ ਸੈਕਿੰਡ ਪਰਸਨ ਬਾਰੇ ਗੱਲ ਕਰਾਂਗਾ, ਜਿੱਥੇ ਮੈਂ ਈਓ ਸੋਹਣੋ ਲਿਖਿਆ ਵਾ, ਮੈਂ ਇੱਥੋਂ ਈਓ ਸੋਹਣੋ, ਆਹ ਦੇਖੋ ਮੈਂ ਕੰਚਲਾਰੇ ਕਰ ਦਿੱਤਾ, ਹੁਣ ਇਹਦੀ ਜਗ੍ਹਾ 'ਤੇ ਵਰਤੋਂ ਹੋਊਗੀ ਜੀ ਤੂੰ ਸਹੀ ਦੀ। ਸੋ ਇਹਦੀ ਜਗ੍ਹਾ 'ਤੇ ਮੈਂ ਵਰਤੋਂ ਕੀਤੀ ਆ ਤੂੰ ਸਹੀ ਦੀ। ਹੁਣ ਜਿਹੜੀ ਜੋ ਗੱਲਾਂ ਮੈਂ ਆਪਣੇ ਬਾਰੇ ਕਹਿਣ ਦਾ ਸੀ, ਉਹ ਮੈਂ ਗੱਲਾਂ ਹੁਣ ਸੈਕਿੰਡ ਪਰਸਨ ਬਾਰੇ ਕਵਾਂਗਾ, ਤੇਰੇ ਬਾਰੇ, ਠੀਕ ਹੈ ਜੀ। ਸੋ ਤੂੰ ਸਹੀ ਸੰਨੀ, ਤੂੰ ਸੰਨੀ ਹੈ, ਤੂੰ ਸਹੀ ਇੰਡੀਆਨੋ, ਤੂੰ ਇੰਡੀਅਨ ਹੈ, ਤੂੰ ਸਹੀ ਉਨ ਮੈਕਾਨਿਕੋ, ਤੂੰ ਇੱਕ ਮਕੈਨਿਕ ਹੈ, ਤੂੰ ਸਹੀ ਬਰਾਵੋ, ਤੂੰ ਚੰਗਾ ਹੈ, ਅੱਗੇ ਤੂੰ ਸਹੀ ਬਰੂਤੋ, ਤੂੰ ਸਹੀ ਆਲਤੋ, ਤੂੰ ਭੈੜਾ ਹੈ, ਤੂੰ ਲੰਮਾ ਹੈ, ਕੁਛ ਵੀ ਆ। ਪਰ ਗੱਲ ਕੀ ਸਮਝਣ ਦੀ ਆ? ਗੱਲ ਇਹ ਆ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਮੈਂ ਗੱਲ ਕਿਸ ਬਾਰੇ ਕਰ ਰਿਹਾ ਵਾਂ। ਅਗਰ ਗੱਲ ਮੈਂ ਫਸਟ ਪਰਸਨ ਬਾਰੇ ਕਰ ਰਿਹਾ ਵਾਂ, ਅਤੇ ਉਹਦੇ ਵਿੱਚ ਗੱਲ ਕੀ ਆ ਕਿ ਉਸਨੂੰ ਡਿਫਾਈਨ ਕਰਦੀ ਵੀ ਉਹਦੇ ਬਾਰੇ ਦੱਸਣ ਦੀ ਆ, ਅਤੇ ਕਿਸ ਵਰਬ ਦੀ ਵਰਤੋਂ ਹੋਊਗੀ, ਉਹਦੇ ਵਿੱਚ ਵੈਰਬ ਇਸਰੇ ਦੀ ਵਰਤੋਂ ਹੁੰਦੀ ਪਈ ਆ। ਹੁਣ ਅਗਰ ਮੈਂ ਆਪਣੇ ਬਾਰੇ ਈਓ ਸੋਹਣੋ ਲਗਾ ਰਿਹਾ ਵਾਂ, ਅਤੇ ਮੈਂ ਸੈਕਿੰਡ ਪਰਸਨ ਬਾਰੇ ਈਓ ਸੋਹਣੋ ਥੋੜ੍ਹਾ ਲਗਾਊਂਗਾ, ਸੈਕਿੰਡ ਲਈ ਤਾਂ ਮੈਂ ਤੂੰ ਸਹੀ ਲਗਾਊਂਗਾ। ਜੇ ਮੰਨ ਲਓ ਮੈਂ ਤੂੰ ਵੀ ਨਹੀਂ ਲਗਾ ਰਿਹਾ, ਮੈਂ ਤੂੰ ਵੀ ਨਹੀਂ ਲਗਾ ਰਿਹਾ, ਮੈਂ ਇੱਥੇ ਸਹੀ ਦੀ ਵਰਤੋਂ ਕਰ ਰਿਹਾ ਵਾਂ, ਤੂੰ ਵੀ ਨਹੀਂ ਲਗਾ ਰਿਹਾ, ਸਹੀ ਦੀ ਵਰਤੋਂ ਕਰ ਰਿਹਾ ਵਾਂ, ਤਾਂ ਸਹੀ ਤੋਂ ਮੈਨੂੰ ਪਤਾ ਲੱਗ ਰਿਹਾ ਵਾ, ਸਹੀ ਤੋਂ ਮੈਨੂੰ ਪਤਾ ਲੱਗ ਰਿਹਾ ਕਿ ਜਿਹੜੀ ਮੈਂ ਗੱਲ ਕਰਦਾ ਪਿਆ ਵਾਂ, ਗੱਲ ਮੈਂ ਇੱਕ ਸੈਕਿੰਡ ਪਰਸਨ ਬਾਰੇ ਕਰ ਰਿਹਾ ਵਾਂ। ਸੋ ਇਸ ਤਰ੍ਹਾਂ ਹੀ ਅਸੀਂ ਹੁਣ ਗੱਲ ਕਰਦੇ ਹਾਂ ਜੀ ਥਰਡ ਪਰਸਨ ਬਾਰੇ। ਸੋ ਲੂਈ, ਤੁਹਾਨੂੰ ਪਤਾ ਕਿ ਲੂਈ ਉਹ ਜਾਂ ਇਹ ਹੀ ਇੱਕ ਮਾਸਕਿਊ ਦੇ ਲਈ ਵਰਤਿਆ ਜਾਂਦਾ ਵਾ, ਲਈ ਉਹ ਜਾਂ ਇਹ ਸ਼ੀ ਇੱਕ ਫੈਮਿਨਾ ਦੇ ਲਈ ਵਰਤਿਆ ਜਾਂਦਾ ਵਾ। ਹੁਣ ਜਿਵੇਂ ਕਿ ਇੱਥੇ ਪਹਿਲਾਂ ਈਓ ਸੋਹਣੋ ਦੇ ਨਾਲ ਇਹਦੀ ਵਰਤੋਂ ਹੋਈ ਸੀ, ਨਾਮ ਉਹੀ ਸੀ, ਹੁਣ ਵਰਤੋਂ ਹੋ ਪਹਿਲਾਂ ਫਿਰ ਵਰਤੋਂ ਹੋਈ ਤੂੰ ਸਹੀ ਦੇ ਨਾਲ,
ਤੇ ਹੁਣ ਵਰਤੋਂ ਹੋਊਗੀ ਲੁਈ ਲਈ ਐ ਦੇ ਨਾਲ। ਸੋ ਹੁਣ ਜਿਵੇਂ ਮੈਂ ਲਿਖ ਦਿੰਦਾ ਵਾਂ ਲੁਈ ਐ ਸਾਨੀ, ਲੁਈ ਸਾਨੀ ਹੈ। ਹੁਣ ਦੇਖੋ ਇੰਡੀਆ ਨੂੰ ਆ, ਅਗਰ ਮੈਂ ਇੱਕ ਫੈਮਿਨਾ ਬਾਰੇ ਗੱਲ ਕਰਨੀ ਆ ਤਾਂ ਫਿਰ ਮੈਂ ਉੱਥੇ ਇੰਡੀਆ ਨੂੰ ਨਹੀਂ ਲਗਾਊਂਗਾ, ਫਿਰ ਮੈਂ ਇੱਥੇ ਇੰਡੀਆ ਨਾਲ ਲਗਾਵਾਂਗਾ। ਤਾਂ ਮੈਂ ਇੱਕ ਨੌਮੀ 'ਤੇ ਵੀ ਵੀਡੀਓ ਪਾਊਂਗਾ ਜਿਹਦੇ ਵਿੱਚ ਚੰਗੀ ਤਰ੍ਹਾਂ ਤੁਹਾਨੂੰ ਸਮਝਾ ਸਕਾਂ ਕਿ ਨੌਮੀ ਕਿਸ ਟਾਈਪ ਦੇ ਨੇ ਅਤੇ ਆਪਾਂ ਇਹਨਾਂ ਦੀ ਵਰਤੋਂ ਕਿੱਦਾਂ ਕਰਨੀ ਆ ਅਤੇ ਕਿੱਦਾਂ ਸਾਨੂੰ ਪਹਿਚਾਣ ਹੋਊਗੀ ਕਿ ਆਹ ਨੌਮੇ ਮਸਕੀਲੇ ਸਿੰਗੁਲ ਆ ਰਹੇ ਆ ਜਾਂ ਨੌਮੇ ਮਸਕੀਲੇ ਪਲੂਰਾਲ ਆ, ਜਾਂ ਫੈਮਿਨੀਲ ਸਿੰਗੁਲ ਆ ਰਹੇ ਜਾਂ ਫੈਮਿਨੀਲ ਪਲੂਰਾਲ ਏ। ਹੁਣ ਜਿਵੇਂ ਕਿ ਗੱਲ ਆਈ ਇੰਡੀਆਣਾ ਦੀ, ਤਾਂ ਆਹ ਲਾਤਾ ਲਈ ਲਈ ਐ ਇੰਡੀਆਣਾ। ਸੋ ਇਹ ਤਾਂ ਹੋ ਗਿਆ ਜੀ ਸਿੰਗੋ ਲਾਰੇ ਦੇ ਲਈ। ਹੁਣ ਤੁਹਾਨੂੰ ਇਹ ਤੋਂ ਪਤਾ ਲੱਗ ਗਿਆ ਕਿ ਸਿੰਗੋ ਲਾਰੇ ਦੀ ਵਰਤੋਂ ਕਿੱਦਾਂ ਹੋਣੀ ਆ। ਸੋ ਈਓ ਸੋਣੋ, ਮੈਂ ਹਾਂ, ਤੂੰ ਸਹੀ, ਤੂੰ ਹੈ, ਲੂਈ ਹੈ ਉਹ ਹੈ ਜਿਹਨੂੰ ਤੁਸੀਂ ਕਹਿੰਦੇ ਹੋ, ਹੀ ਇਜ਼ ਲਈ ਹੈ ਉਹ ਹੈ ਜਾਂ ਇਹ ਹੈ ਸ਼ੀ ਇਜ਼। ਈਓ ਸੋਣੋ ਆਈ ਐਮ, ਤੂੰ ਸਹੀ ਯੂ ਆਰ। ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਆ। ਸੋ ਆਹ ਜਿਹੜੀ ਵਰਤੋਂ ਹੋਣੀ ਸੀ ਜੋ ਮੈਂ ਤੁਹਾਨੂੰ ਦੱਸ ਰਿਹਾ ਸੀ, ਇਹਦੇ ਵਿੱਚ ਵਰਤੋਂ ਹੋਣੀ ਸੀ ਸਿਰਫ ਸਿੰਗੋ ਲਾਰੇ ਦੇ ਬਾਰੇ। ਹੁਣ ਇਹਨੂੰ ਆਪਾਂ ਕੈਂਸਲ ਕਰ ਸਕਦੇ ਹਾਂ, ਕਿਉਂ? ਕਿਉਂਕਿ ਆਪਾਂ ਸਿੰਗੋ ਲਾਰੇ ਨੂੰ ਸਮਝ ਲਿਆ ਵਾ। ਹੁਣ ਥੋੜ੍ਹੀ ਜਿਹੀ ਇੱਕ ਇੰਪੋਰਟੈਂਟ ਚੀਜ਼ ਸਮਝਾਉਣੀ ਆ ਤੁਹਾਨੂੰ, ਬਹੁਤ ਹੀ ਇੰਪੋਰਟੈਂਟ ਆ, ਤਾਂ ਉਹਨੂੰ ਪਲੀਜ਼ ਚੰਗੀ ਤਰ੍ਹਾਂ ਦੇਖਿਓ। ਕਿੱਥੇ ਗੱਲ ਆਉਂਦੀ ਹੈ, ਹੁਣ ਗੱਲ ਆਉਂਦੀ ਜੀ ਲੂਈ ਲਈ ਐ ਦੇ। ਹੁਣ ਦੇਖੋ ਤੁਹਾਡੇ ਸਾਹਮਣੇ ਸਿੰਪਲ ਏ ਆ ਤੇ ਐ ਵਾ। ਹੁਣ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ? ਡਿਫਰੈਂਸ ਇਹਨਾਂ ਦੇ ਵਿੱਚ ਆਵਾਜ਼ ਦਾ ਵੀ ਆ, ਡਿਫਰੈਂਸ ਇਹਨਾਂ ਦੇ ਵਿੱਚ ਮਤਲਬ ਦਾ ਵੀ ਆ। ਸੋ ਦੋਵੇਂ ਚੀਜ਼ਾਂ ਦਾ ਹੀ ਡਿਫਰੈਂਸ ਆ। ਆਹ ਜਿਹੜਾ ਏ ਆ, ਇਹਦਾ ਮਤਲਬ ਹੈਗਾ ਵਾ ਅਤੇ, ਜਿਹਨੂੰ ਤੁਸੀਂ ਕਹਿੰਦੇ ਹੋ ਐਂਡ, ਇਹਦਾ ਮਤਲਬ ਹੈਗਾ ਵਾ ਐਂਡ ਅਤੇ। ਆਹ ਜਿਹੜਾ ਐ ਵਾ, ਆਹ ਜਿਹੜਾ ਉੱਪਰ ਬਣਿਆ ਵਾ, ਇਹਨੂੰ ਕੀ ਕਹਿੰਦੇ? ਇਹਨੂੰ ਕੋਲਾ ਚਿੰਨ ਤੋਂ ਕਹਿੰਦੇ ਆ। ਆਹ ਤੇ ਆਹ ਜਿਹੜਾ ਉੱਪਰ ਬਣਿਆ, ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈਗਾ ਇਜ਼। ਸੋ ਜਦੋਂ ਤੁਸੀਂ ਸੈਂਟੈਂਸ ਬਣਾਇਆ ਲੂਈ ਐ ਸਾਨੀ, ਉਹ ਸਾਨੀ ਹੈ। ਹੁਣ ਜਦੋਂ ਤੁਸੀਂ ਇਹਦੀ ਵਰਤੋਂ ਕਰੋਗੇ, ਹੁਣ ਇੱਥੇ ਮੈਂ ਲਿਖ ਲੱਗਾ ਵਾਂ ਈਓ ਏ ਲੂਈ ਸਿਆਮ ਅਮੀਚੀ, ਮੈਂ ਤੇ ਉਹ ਦੋਸਤ ਹਾਂ। ਹੁਣ ਤੁਸੀਂ ਦੇਖੋ ਕਿ ਕਈ ਵਾਰ ਤੁਸੀਂ ਆਪਣਾ ਆ ਦੂਏ ਦਾ ਇਜ਼ਾਮੇ ਦਿੰਦੇ ਹੋ ਜਾਂ ਕੋਈ ਵੀ ਉਹਨਾਂ ਦਾ ਵੀ ਦਿੰਦਾ ਵਾ, ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਇਜ਼ਾਮੇ ਸਾਰਾ ਸਹੀ ਕਰਕੇ ਆਏ ਹਾਂ, ਸਾਨੂੰ ਪਤਾ ਨਹੀਂ ਸਾਡੀ ਗਲਤੀ ਕਿੱਥੋਂ ਹੋ ਗਈ। ਗਲਤੀ ਇੱਦਾਂ ਹੋ ਗਈ ਕਿ ਅਗਰ ਤੁਸੀਂ ਉੱਥੇ ਐ ਵਾ ਲੂਈ ਲਈ ਨਾਲ ਵਰਤੋਂ ਕਰਨੀ ਆ ਤੇ ਤੁਸੀਂ ਐ ਦੇ ਉੱਤੇ ਕੋਲਾ ਚੰਤੋ ਦੀ ਵਰਤੋਂ ਨਹੀਂ ਕਰਦੇ ਪਏ, ਤੁਸੀਂ ਸਿੰਪਲ ਇਸ ਤਰ੍ਹਾਂ ਲਿਖ ਕੇ ਆਉਂਦੇ ਹੋ, ਤੇ ਇਹਦਾ ਕੀ ਮਤਲਬ ਹੋ ਗਿਆ? ਉਹ ਅਤੇ ਸਾਨੀ, ਉਹ ਹੈ ਸੰਨੀ ਤਾਂ ਨਹੀਂ ਨਾ ਬਣਿਆ, ਉਹ ਅਤੇ ਸੰਨੀ ਬਣਿਆ। ਤੇ ਉਹ ਅਤੇ ਸੰਨੀ ਕਿਉਂ ਬਣਿਆ? ਕਿਉਂ? ਕਿਉਂਕਿ ਸਾਡੀ ਗਲਤੀ ਕਾਰਨ ਅਸੀਂ ਉੱਤੇ ਕੋਲਾ ਚੰਨ ਤੋਂ ਨਹੀਂ ਪਾਇਆ। ਸੋ ਡਿਫਰੈਂਸ ਦੇਖੋ ਕਿੰਨਾ ਵੱਡਾ ਵਾ। ਇਹ ਹੋ ਗਿਆ ਜੀ ਐਂਡ ਅਤੇ, ਤੇ ਇਹ ਹੋ ਗਿਆ ਇਜ਼, ਤੇ ਬੋਲਣ ਦੇ ਵਿੱਚ ਵੀ ਫਰਕ ਆ। ਇਹ ਆ ਏ ਤੇ ਆਹ ਵਾ ਐ। ਹੁਣ ਅਸੀਂ ਸਮਝ ਲਿਆ ਜਿਹਦੀ ਵਰਤੋਂ ਹੋਣੀ ਸਿੰਗੋਲਾਰੇ ਦੇ ਲਈ। ਲਓ ਇਹ ਸਮਝ ਲਿਆ, ਹੁਣ ਅੱਗੇ ਸਮਝਦੇ ਹਾਂ ਜਿਹਦੀ ਵਰਤੋਂ ਹੋਣੀ ਹੁਣ ਪਲੂਰਾਲੇ ਦੇ ਲਈ ਵਰਤੋਂ ਕਰਦੇ ਹਾਂ। ਨੋਈ, ਨੋਈ ਦਾ ਮਤਲਬ ਅਸੀਂ, ਵੋਈ, ਵੋਈ ਦਾ ਮਤਲਬ ਤੁਸੀਂ, ਲੋਰੋ ਉਹਨਾਂ ਜ਼ਿਆਦਿਆਂ ਦੇ ਲਈ। ਸੋ ਨੋਈ ਸਿਆਮੋ ਅਮੀਚੀ, ਅਸੀਂ ਦੋਸਤ ਹਾਂ। ਨੋਈ ਸਿਆਮੋ ਬਰਾਵੀ, ਅਸੀਂ ਚੰਗੇ ਹਾਂ। ਨੋਈ ਸਿਆਮੋ ਸਟੂਡੈਂਟੀ, ਅਸੀਂ ਵਿਦਿਆਰਥੀ ਹਾਂ। ਨੋਈ ਸਿਆਮੋ ਇੰਡੀਆਨੀ, ਅਸੀਂ ਇੰਡੀਅਨ ਹਾਂ। ਸੋ ਹੁਣ ਦੇਖੋ ਕਿ ਜਿਵੇਂ ਕਿ ਮੈਂ ਨੋਈ ਸਿਆਮੋ ਦੇ ਨਾਲ ਜਿਹੜੇ ਆਪਣੇ ਸੈਂਟੈਂਸ ਕੰਪਲੀਟ ਕੀਤੇ ਆ, ਹੁਣ ਇਹੀ ਸੈਂਟੈਂਸ ਸਿਰਫ ਵਰਬ ਚੇਂਜ ਹੋਣੀ ਆ, ਆਹ ਜਿਹੜੀਆਂ ਚੀਜ਼ਾਂ ਸੇਮ ਰਹਿਣੀਆਂ ਵਾ। ਹੁਣ ਇਹੀ ਜਿਹੜੇ ਸੈਂਟੈਂਸ ਮੈਂ ਪਲੂਰਾਲ ਦੇ ਵਿੱਚ ਨੋਈ ਸਿਆਮੀ ਨਾ ਨੋਈ ਸਿਆਮੋ ਨਾ ਕੀਤੇ ਆ, ਹੁਣ ਇਹੀ ਮੈਂ ਕਰਾਂਗਾ ਵੋਈ ਸੀਏਤੇ ਦੇ ਨਾਲ। ਵੋਈ ਸੀਏਤੇ, ਵੋਈ ਸੀਏਤੇ ਅਮੀਚੀ, ਤੁਸੀਂ ਦੋਸਤ ਹੋ। ਵੋਈ ਸੀਏਤੇ ਬਰਾਵੀ, ਤੁਸੀਂ ਚੰਗੇ ਹੋ। ਵੋਈ ਸੀਏਤੇ ਸਟੂਡੈਂਟੀ, ਤੁਸੀਂ ਵਿਦਿਆਰਥੀ ਹੋ। ਵੋਈ ਸੀਏਤੇ ਇੰਡੀਆਨੀ, ਜਾਂ ਵੋਈ ਸੀਏਤੇ ਪਾਕਿਸਤਾਨੀ,
कि तुसी इंडियन हो या तुसी पाकिस्तानी हो। सो गल कित्थे मुकी, गल यही तुहानू बार बार समझाउण दी कोशिश कर रहे हैं कि जिहड़ी वर्ब इसरे आ ਉਹ ਵਰਤੀ ਕਾਹਨੂੰ ਜਾਂਦੀ ਹੈ, ਜਦੋਂ ਬਾਰੇ ਦੱਸਣ ਦੀ ਗੱਲ ਹੁੰਦੀ ਆ, ਜਦੋਂ ਡਿਫਾਈਨ ਕਰਨ ਦੀ ਗੱਲ ਹੁੰਦੀ ਆ। ਹੁਣ ਜਿਹੜੇ ਕਿ ਤੁਸੀਂ ਸੈਂਟੈਂਸ ਨੋਇਸੀਆ ਨੂੰ ਵੋਇਸੀਏ ਤੇ ਨਾ ਬਣਾਏ ਆ, ਹੁਣ ਇਹਦੇ ਵਿੱਚ ਉਹੀ ਵਰਤੋਂ ਹੋਊਗੀ ਲੋਰੋ ਸੋਨੋ ਦੀ। ਸੋ ਲੋਰੋ ਸੋਨੋ, ਲੋਰੋ ਸੋਨੋ ਅਮੀਚੀ, ਉਹ ਦੋਸਤ ਹਨ। ਲੋਰੋ ਸੋਨੋ ਬਰਾਵੀ, ਉਹ ਚੰਗੇ ਹਨ। ਲੋਰੋ ਸੋਨੋ ਸਟੂਡੈਂਟੀ, ਉਹ ਸਟੂਡੈਂਟ ਹਨ। ਲੋਰੋ ਸੋਨੋ ਇੰਡੀਆਨੀ, ਉਹ ਇੰਡੀਅਨ ਹਨ। ਜਾਂ ਲੋਰੋ ਸੋਨੋ ਪਾਕਿਸਤਾਨੀ, ਉਹ ਪਾਕਿਸਤਾਨੀ ਹਨ। ਸੋ ਇਹ ਜੀ ਵਰਬ ਇਸਰੇ ਕਿ ਜਿਹੜੀ ਚੀਜ਼ ਤੁਹਾਨੂੰ ਸਮਝਾਉਣੀ ਸੀ। ਸੋ ਇਹੋ ਸੋਨੋ, ਮੈਂ ਹਾਂ, ਤੂੰ ਸਹੀ, ਤੂੰ ਹੈ, ਲੂਈ ਹੈ, ਉਹ ਹੈ ਜਿਹਨੂੰ ਹੀ ਇਜ਼ ਕਵਾਂਗੇ, ਲਈ ਹੈ, ਉਹ ਹੈ ਜਿਹਨੂੰ ਸ਼ੀ ਇਜ਼ ਕਵਾਂਗੇ। ਨੋਇਸੀਆਮੋ, ਅਸੀਂ ਹਾਂ, ਵੋਇਸੀਏ ਤੇ ਤੁਸੀਂ ਹੋ, ਲੋਰੋ ਸੋਨੋ ਉਹ ਹਨ। ਸੋ ਜਿਵੇਂ ਕਿ ਅਸੀਂ ਟਿਕਟੋਕ 'ਤੇ ਵੀ ਵੀਡੀਓ ਪਾਉਂਦੇ ਹਾਂ ਅਤੇ ਯੂਟਿਊਬ 'ਤੇ ਵੀ ਪਾਉਂਦੇ ਹਾਂ। ਸੋ ਜਿਸ ਵੀਰ ਭੈਣ ਕੋ ਪੂਰੀ ਵੀਡੀਓ ਦੇਖਣੀ ਹੋਵੇ, ਕਿਉਂਕਿ ਟਿਕਟੋਕ 'ਤੇ 3 ਮਿੰਟ ਤੋਂ ਵੱਧ ਵੀਡੀਓ ਨਹੀਂ ਪਾਉਂਦੀ, ਅਤੇ ਪਰ ਅਗਰ ਚੀਜ਼ ਨੂੰ ਚੰਗੀ ਤਰ੍ਹਾਂ ਸੰਖੇਪ 'ਚ ਸਮਝਾਉਣਾ ਹੋਵੇ ਤਾਂ ਉੱਥੇ ਟਾਈਮ ਜ਼ਿਆਦਾ ਲੱਗਦਾ, ਤੁਸੀਂ ਯੂਟਿਊਬ ਚੈਨਲ 'ਤੇ ਜਾ ਕੇ ਵੀ ਵੀਡੀਓ ਦੇਖ ਸਕਦੇ ਨੇ। ਸੋ ਸਾਡੀ ਜਿਹੜੀ ਕਲਾਸਿਸ ਆ ਉਹ ਕੰਟੀਨਿਊ ਹੀ ਚੱਲ ਰਹੀਆਂ ਨੇ ਲੈਂਗੁਏਜ ਦੀਆਂ, ਅਤੇ ਜਿਹੜੀ ਸਾਡੀ ਨਵੀਂ ਕਲਾਸ ਸ਼ੁਰੂ ਹੋਣ ਚੱਲੀ ਆ 17 ਨਵੰਬਰ ਤੋਂ, ਅਤੇ ਜਿਹੜੀ ਉਹਦੀ ਟਾਈਮਿੰਗ ਆ ਜੀ ਸ਼ਾਮ 5 ਵਜੇ ਦੀ। ਧੰਨਵਾਦ ਜੀ ਬਹੁਤ ਬਹੁਤ ਸਾਰੇ ਵੀਰਾਂ 'ਤੇ ਪੈਣਾ ਤਾਂ।